ਤੇ ਮੇਰੇ ਨਾਲ ਹਰਜਿੰਦਰ ਸਿੰਘ ਹੈ। ਅਸੀਂ ਨਿਊਟਨ ਦੇ ਕੂਲਮ ਦੇ ਫਾਰਮੂਲਿਆਂ ਨੂੰ ਆਸਾਨੀ ਦੇ ਨਾਲ ਤੁਹਾਨੂੰ ਸਮਝਾਵਾਂਗੇ। ਮੈਂ ਨਿਊਟਨ ਜਦੋਂ ਮੈਂ ਦੇਖਿਆ ਕਿ ਦੋ ਵਸਤੂਆਂ ਜਿਨ੍ਹਾਂ ਦਾ ਪੁੰਜ M1 ਤੇ M2 ਹੈ, ਇਹਨਾਂ M1 ਤੇ M2 ਨੂੰ ਜਦੋਂ ਅਸੀਂ ਆਪਸ ਵਿੱਚ ਮਲਟੀਪਲਾਈ ਕਰਦੇ ਹਾਂ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀਆਂ ਨੇ F ਦੇ ਯਾਨੀ ਕਿ ਫੋਰਸ ਦੇ, ਅਤੇ M1 ਤੇ M2 ਵਿਚਕਾਰ ਦਾ ਜੋ ਡਿਸਟੈਂਸ ਹੁੰਦਾ ਹੈ ਜਦੋਂ ਅਸੀਂ ਉਸਨੂੰ ਸਕੇਅਰ ਕਰਦੇ ਹਾਂ ਤਾਂ ਉਹ ਇਨਵਰਸਲੀ ਪ੍ਰੋਪੋਰਸ਼ਨਲ ਹੁੰਦਾ ਫੋਰਸ ਦੇ। ਤਾਂ ਇਸ ਨੂੰ ਬਣਾ ਕੇ ਸਾਡੇ ਕੋਲ ਇਕੁਏਸ਼ਨ ਬਣ ਜਾਂਦੀ ਹੈ F ਡਾਇਰੈਕਟਲੀ ਪ੍ਰੋਪੋਰਸ਼ਨਲ M1 M2 ਅਪੋਨ R ਸਕੁਅਰ। ਪ੍ਰੋਪੋਰਸ਼ਨੈਲਿਟੀ ਦੇ ਸਾਈਨ ਵਟਾਉਣ ਲਈ ਅਸੀਂ ਇੱਕ ਕੋਨਸਟੈਂਟ ਦੀ ਵਰਤੋਂ ਕਰਦੇ ਹਾਂ ਜਿਸਦਾ ਨਾਮ ਹੈ ਗ੍ਰੈਵੀਟੇਸ਼ਨ ਕੋਨਸਟੈਂਟ G, ਜਿਸ ਦੀ ਵੈਲਿਊ ਹੈ 6.67 × 10⁻¹⁵ ਨਿਊਟਨ ਮੀਟਰ ਪਰ ਕੂਲਮ ਸਕੁਅਰ। ਨਿਊਟਨ ਮੀਟਰ ਸਕੁਅਰ ਪਰ ਕੂਲੰਬ ਸਕੁਅਰ।